ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਬੀਤੇ ਦਿਨ ਸੁਖਪਾਲ ਖਹਿਰਾ ਨੇ ਆਪਣੀ ਨਵੀਂ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਖਹਿਰਾ ਨੂੰ ਸਭ ਤੋਂ ਪਹਿਲਾ ਚੈਲੰਜ ਉਹਨਾਂ ਦੀ ਧੁਰ ਵਿਰੋਧੀ ਬੀਬੀ ਜਗੀਰ ਕੌਰ ਤੋਂ ਮਿਲਿਆ ਹੈ। ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਜੇਕਰ ਖਹਿਰਾ 'ਚ ਦਮ ਹੈ ਤਾਂ ਉਹ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਕੇ ਪਹਿਲਾਂ ਉਹਨਾਂ ਖਿਲਾਫ਼ ਚੋਣ ਲੜ ਕੇ ਵਿਖਾਉਣ। ਬੀਬੀ ਮੁਤਾਬਕ ਖਹਿਰਾ ਬਠਿੰਡਾ ਤੋਂ ਲੋਕ ਸਭਾ ਲਈ ਚੋਣ ਲੜਨ ਦੇ ਸੁਪਨੇ ਵੇਖ ਰਿਹਾ, ਜਦਕਿ ਉਹਨਾਂ ਦੇ ਆਪਣੇ ਪਿੰਡ ਰਾਮਗੜ੍ਹ 'ਚ ਹੀ ਉਹਨਾਂ ਦਾ ਕੋਈ ਆਧਾਰ ਨਹੀਂ ਹੈ। ਕਿਉਂਕਿ ਇਸ ਵਿਅਕਤੀ ਨੇ ਅੱਗੇ ਜਿਹੜੀ ਚੋਣ ਜਿੱਤੀ ਹੈ ਉਹ ਕਾਂਗਰਸ ਨਾਲ ਰਲ ਕੇ ਜਿੱਤੀ ਹੈ। ਕਾਂਗਰਸ ਦਾ ਇਹ ਏਜੰਟ ਹੈ। ਹੁਣ ਇਹਦਾ ਫਰਜ਼ ਬਣਦਾ ਹੈ ਕਿ ਜੇ ਤੂੰ ਸੱਚਮੁੱਚ ਹੀ ਪਾਰਟੀ ਛੱਡੀ ਹੈ ਤਾਂ ਪਹਿਲਾਂ ਵਿਧਾਇਕ ਦਾ ਅਹੁਦਾ ਵੀ ਛੱਡ ਅਤੇ ਚੋਣ ਲੜਨ ਦੀ ਜ਼ਰੂਰਤ ਕਰ। ਮੈਂ ਚੈਲੰਜ ਕਰਦੀ ਉਹਨੂੰ ਕਿ ਕਮ ਸੋ ਕਮ ਆਪਣੇ ਹਲਕੇ ਵਿੱਚ ਆ ਕੇ ਹਲਕਾ ਪਲਾਤ ਵਿੱਚ ਚੋਣ ਲੜੇ। ਇਹ ਇਸ ਕਰਕੇ ਭੱਜ ਰਿਹਾ ਕਿ ਇਹਦੇ ਪਿੰਡ ਵਾਲਿਆਂ ਨੇ ਵੀ ਸ਼ੀਸ਼ਾ ਦਿਖਾ ਦਿੱਤਾ ਕਿ ਤੇਰਾ ਇਸ ਹਲਕੇ ਵਿੱਚ ਕੁਛ ਨਹੀਂ। ਸੁਖਪਾਲ ਖਹਿਰਾ ਵੱਲੋਂ ਆਪਣੀ ਨਵੀਂ ਪਾਰਟੀ ਦੇ ਐਲਾਨ ਮੌਕੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬਲਦੇਵ ਸਿੰਘ, ਪਿਰਮਲ ਸਿੰਘ, ਕੰਵਰ ਸੰਧੂ ਅਤੇ ਜਗਦੇਵ ਸਿੰਘ ਕਮਾਲੂ ਵੀ ਪ੍ਰੈਸ ਕਾਨਫਰੰਸ 'ਚ ਮੌਜੂਦ ਰਹੇ, ਪਰ ਕਿਸੇ ਨੇ ਵੀ ਖਹਿਰਾ ਦੀ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ। ਟੀਵੀ ਪੰਜਾਬ ਨਾਲ ਗੱਲਬਾਤ ਦੌਰਾਨ ਕੰਵਰ ਸੰਧੂ ਨੇ ਇਹ ਤਾਂ ਮੰਨਿਆ ਕਿ ਖਹਿਰਾ ਨੇ ਉਹਨਾਂ ਦੀ ਸਲਾਹ ਨਾਲ ਹੀ ਪਾਰਟੀ ਦੇ ਚੋਣ ਨੁਕਤਿਆਂ ਦਾ ਐਲਾਨ ਕੀਤਾ ਹੈ, ਪਰ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਕੰਮਾਂ ਦੀ ਵੀ ਤਾਰੀਫ ਕਰਦੇ ਨਜ਼ਰ ਆਏ। ਜਿਹੜਾ ਉਹਨਾਂ ਨੇ ਐਲਾਨਨਾਮਾ ਸਾਹਮਣੇ ਪੜ੍ਹਿਆ ਵਾ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਚੰਗੀਆਂ ਗੱਲਾਂ ਵਾ, ਔਰ ਉਹਨਾਂ ਦੀ ਸਿਰਫ ਮੈਂ ਨਹੀਂ, ਮੇਰੇ ਖਿਆਲ ਤੁਸੀਂ ਔਰ ਬਾਕੀ ਸਾਰੇ ਲੋਕ ਵੀ ਉਹਨਾਂ ਦੀ ਹਿਮਾਇਤ ਕਰਦੇ ਹੋਣਗੇ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਦੋ ਗੱਲਾਂ ਬੜੀਆਂ 'ਚ ਵਧੀਆ ਕੀਤੀਆਂ, ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਮੇਰੇ ਖਿਆਲ ਅਸੀਂ ਸਾਰੇ ਉਹਨਾਂ ਦੀ ਸ਼ਲਾਘਾ ਕਰਦੇ ਹਾਂ। ਉਧਰ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਲੁਕਵੇਂ ਤੌਰ 'ਤੇ ਖਹਿਰਾ ਦਾ ਸਮਰਥਨ ਕਰਦੇ ਨਜ਼ਰ ਆਏ। ਜਦ ਉਹਨਾਂ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹ ਉਲਟਾ ਮੀਡੀਆ ਉੱਤੇ ਭੜਕ ਗਏ। ਮਾਨਸ਼ਾਹੀਆ ਦਾ ਕਹਿਣਾ ਸੀ ਕਿ ਜੋ ਕੋਈ ਵੀ ਪਾਰਟੀ ਜਨਤਾ ਦੇ ਹਿੱਤ 'ਚ ਕੰਮ ਕਰੇਗੀ ਉਹ ਉਸ ਨਾਲ ਖੜੇ ਹਨ, ਪਰ ਉਹ ਜ਼ਬਰਦਸਤੀ ਪਿਓ ਨੂੰ ਮਾਂ ਦਾ ਖਸਮ ਨਹੀਂ ਕਹਿ ਸਕਦੇ। ਯਾਰ ਮੇਰੀ ਤੁਸੀਂ ਗੱਲ ਕਿਉਂ ਕਰਦੇ ਹੋ? ਖਹਿਰਾ ਸਾਹਿਬ ਨੇ ਪਾਰਟੀ ਬਣਾਈ ਹੈ ਕਿ ਨਹੀਂ ਬਣਾਈ? ਉਹ LOP ਸੀ, ਉਹਨਾਂ ਨੂੰ ਅਨਡੈਮੋਕ੍ਰੈਟਿਕ ਵੇ ਨਾਲ ਰਿਮੂਵ ਕੀਤਾ। ਮੈਂ ਤਾਂ ਸਵਾਲ ਇਸ ਸਮੇਂ ਸੁਖਪਾਲ ਸਿੰਘ ਖਹਿਰਾ ਨੂੰ ਨਹੀਂ ਨਾ ਕਰ ਰਿਹਾ, ਮੈਂ ਤਾਂ ਤੁਹਾਨੂੰ ਕਰ ਰਿਹਾ। ਮੈਂ ਜਿੱਥੇ ਖੜਾ ਜਿਹੜੀ ਮੇਰੀ ਪੀਸ਼ ਨਾਲ ਤੁਸੀਂ ਦੇਖ ਹੀ ਰਹੇ ਹੋ, ਮੈਂ ਕਿੱਥੇ ਖੜਾ? ਠੀਕ ਹੈ, ਇਹ ਤੋਂ ਵੀ ਕਲੈਰਿਟੀ ਉਹਨੂੰ ਹੋਣੀ। ਕਿੱਥੋਂ ਖੜੇ ਹੋ ਤੁਸੀਂ, ਬੋਲ ਕੇ ਦੱਸ। ਮੇਰੀ ਗੱਲ ਸੁਣੋ, ਪਿਓ ਨੂੰ ਮਾਂ ਦਾ ਖਸਮ ਕਹਿਣਾ ਜ਼ਰੂਰੀ ਹੈ? ਹਰਿਆਣਾ ਦੇ ਹਲਕਾ ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਬਲਕੌਰ ਸਿੰਘ ਨੇ ਪਾਰਟੀ ਛੱਡਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ। ਬਲਕੌਰ ਸਿੰਘ ਮੁਤਾਬਕ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਅਤੇ ਨਾ ਹੀ ਪਾਰਟੀ ਨੂੰ ਛੱਡਿਆ ਹੈ। ਉਹ ਅੱਜ ਵੀ ਅਕਾਲੀ ਦਲ ਦੇ ਵਿਧਾਇਕ ਨੇ ਅਤੇ ਭਵਿੱਖ 'ਚ ਵੀ ਬਣੇ ਰਹਿਣਗੇ। ਉਹਨਾਂ ਸਪਸ਼ਟ ਕੀਤਾ ਕਿ ਉਹ ਪਿਛਲੀ ਚੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਿਕਟ ਲੜੇ ਸਨ। ਉਸ ਸਮੇਂ ਇੰਡੀਅਨ ਨੈਸ਼ਨਲ ਲੋਕ ਦਲ ਨੇ ਅਕਾਲੀ ਦਲ ਨਾਲ ਗੱਠਜੋੜ ਕੀਤਾ ਸੀ, ਪਰ ਹੁਣ ਇਨੈਲੋ ਦੋ ਫਾੜ ਹੋ ਗਈ ਹੈ ਅਤੇ ਇਸ 'ਚੋਂ ਨਵੀਂ ਪਾਰਟੀ ਜਨ ਨਾਇਕ ਜਨਤਾ ਪਾਰਟੀ ਹੋਂਦ 'ਚ ਆਈ ਹੈ। ਇਸ ਪਾਰਟੀ ਦੇ ਬਾਨੀ ਡਾਕਟਰ ਅਜੇ ਸਿੰਘ ਚੌਟਾਲਾ ਬੀਤੇ ਦਿਨੀ ਉਹਨਾਂ ਦੇ ਘਰ ਆਏ ਸਨ, ਪਰ ਆਪਣੀ ਪਾਰਟੀ ਲਈ ਸਮਰਥਨ ਮੰਗਿਆ ਸੀ, ਜਿਹੜਾ ਕਿ ਉਹਨਾਂ ਨੇ ਦੇ ਦਿੱਤਾ ਹੈ। ਬਲਕੌਰ ਸਿੰਘ ਨੇ ਸਾਫ਼ ਕੀਤਾ ਕਿ ਚੌਟਾਲਾ ਨਾਲ ਮੁਲਾਕਾਤ ਦਾ ਮਤਲਬ ਅਕਾਲੀ ਦਲ ਛੱਡਣਾ ਨਹੀਂ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਇਕ ਹਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ। ਸਿਰਫ ਉਹ ਚਾਹ ਪੀਣ ਵਾਸਤੇ ਆਏ ਸੀ, ਉਹਦੇ ਵਿੱਚ ਕੁਛ ਚੈਨਲਾਂ 'ਤੇ ਚਲਾਇਆ ਗਿਆ ਕਿ ਪਾਰਟੀ ਜੁਆਇਨ ਕੀਤੀ ਗਈ ਜਾਂ ਛੱਡੀ ਗਈ। ਨਾ ਕੋਈ ਪਾਰਟੀ ਜੁਆਇਨ ਕੀਤੀ ਹੈ, ਨਾ ਮੈਂ ਪਾਰਟੀ ਕੋਈ ਛੱਡੀ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਹਰਿਆਣਾ ਸਰਕਾਰ ਵੀ ਪੱਬਾਂ ਭਰ। ਲੰਘੇ ਦਿਨ ਹਰਿਆਣਾ ਦੇ ਮੁੱਖ ਸਕੱਤਰ DS ਢੇਸੀ ਦੀ ਨੁਮਾਇੰਦਗੀ 'ਚ ਪ੍ਰਕਾਸ਼ ਪੁਰਬ ਮਨਾਉਣ ਲਈ ਬਣਾਈ ਗਈ ਕਮੇਟੀ ਦੀ ਬੈਠਕ ਹੋਈ। ਇਸ ਬੈਠਕ 'ਚ ਫੈਸਲਾ ਲਿਆ ਗਿਆ ਕਿ ਪ੍ਰਕਾਸ਼ ਪੁਰਬ ਮੌਕੇ ਸੂਬੇ 'ਚ ਜਨ ਜਾਗਰਣ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਥਾਨਾਂ ਤੋਂ ਹੋ ਕੇ ਗੁਜ਼ਰੇਗੀ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਜ਼ਰੀਏ ਬਾਬਾ ਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾਵੇਗਾ।